नहीं जानी अपने सावरे निकल जाते अपने सावरे घर दे सारा मैं करना मेनू फायदा क्या इन्हां दे व्याह करन दा नहीं यार तुसा किहड़े जांदे पैने तू आ गई दवाई ला है आ करे एक सीधे कर कितने कर दिखा मैंने कार्ड इन क्या लिखा है दवाई आ कर मुंह का आ होए से ठीक हो लो लेवना नहीं तू सावरे जाने पहने सवेर सवेर नल ओ आसिया बीमार है ठीक है आसिया नहीं शाह ये बीमार है भाई तू सा जाने पहने सवेर सवेर नल सावरे ते भरजाई तेरी कली ते सारा कुछ छाड़ते जाने पहने ਉਹ ਹੈ ਤਾਂ ਉਹ ਆਪ ਨੂੰ ਇਹ ਪਿਆ ਸਾਰੇ ਪਕਾ ਪਕੂ ਤੇ ਉਹ ਲੜਦੀ ਬੈਠੀ ਮੇਰੇ ਨਾਲ ਘਰੇ ਤੂੰ ਦੰਦ ਕੱਢੀ ਰੱਖ ਮੈਂ ਤਾਂ ਕੋਈ ਕੰਮ ਸ਼ਾਮ ਹੀ ਕਰਾ ਲੈਂਦਾ ਜਾਵਣਾ ਹੈ ਤਾਂ ਇਹ ਜਾਵਣਾ ਅਸਲਾਮ ਅਲੈਕਮ ਗਾਇਸ ਵੈਲਕਮ ਟੂ ਮਾਈ ਯੂਟਿਊਬ ਚੈਨਲ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਸ਼ੁਕਰ ਅਲਹਮਦੁਲਿਲਾ ਮੈਂ ਵੀ ਠੀਕ ਠਾਕ ਹਾਂ ਸਾਡਾ ਕੁੱਤਾ ਵੀ ਠੀਕ ਠਾਕ ਹੈ ਸਾਡੀ ਫੈਮਿਲੀ ਸਾਰੀ ਠੀਕ ਠਾਕ ਹੈ ਬਿਲਕੁਲ ਤੁਹਾਡੀ ਦੁਆਵਾਂ ਨਾਲ ਹੁਣ ਘਰੇ ਚਲੋ ਬਸ ਖੋਤੇ ਨਹੀਂ ਥਾਈ ਆਹ ਲਾ ਭਾਈ ਸਾਵਰੇ ਜਾਵਣ ਤੈਨੂੰ ਬੜੀ ਕਾਲੀ ਹੈ ਘਰ ਦਾ ਕੰਮ ਵੀ ਪਹਿਲਾਂ ਕਰਵਾ ਦੇ ਕਰਨਾ ਚੱਲ ਮੈਂ ਜਾਂਦਾ ਤੇ ਆਪਦੇ ਜਾ ਕੇ ਚਾਹ ਦੇ ਸਾਰੇ ਆ ਠੀਕ ਹੈ ਤੇ ਤੂੰ ਐ ਨਹੀਂ ਕਰ ਬਜਾਇ ਨੂੰ ਕੰਮ ਸ਼ਾਮ ਕਰਾ ਲੈ ਤੈਨੂੰ ਪਤਾ ਸ਼ਾਹ ਜੀ ਬਿਮਾਰ ਹੈ ਠੀਕ ਹੈ ਮਜਾ ਸਾ ਠੀਕ ਹੈ ਨਾ ਮੈਂ ਲੈ ਚੱਲ ਚੱਲ ਤੂੰ ਜਾ ਸੰਗ ਨਾ ਜਾ ਸੰਗੀਆਂ ਤੂੰ ਜਾ ਸਕੀ ਤੂੰ ਜਾ ਸੇ ਨਾ ਰਲ ਲੈ ਜਾ ਸਾ ਰਲ ਲੈ ਤਾਂ ਤੂੰ ਇੱਥੇ ਕੰਮ ਨਹੀਂ ਕਰਾ ਸਕਦੀ ਰਲ ਲੈ ਤੂੰ ਨਹੀਂ ਕਰਾ ਸਕਦੀ ਹੈ ਹਰ ਪਾਸੇ ਲੈ ਠੀਕ ਹੈ ਨਾ ਜਿੱਦੇ ਬੰਦਾ ਜਾ ਉਹ ਨਾਲ ਟਕੀ ਜਾ ਠੀਕ ਲੈ ਜਾ ਸੰਗੀਆਂ ਸਾ ਮੈਂ ਰਲ ਲੈ ਜਾ ਸਾ ਮੈਂ ਜਾਣ ਦੀ ਹੈ ਮੈਂ ਜਾ ਸਾ ਤੂੰ ਪਤਾ ਕੀ ਵਜ੍ਹਾ ਸੇ ਇੱਥੇ ਬੈ ਤੂੰ ਵਜ੍ਹਾ ਬੈ ਮੈਂ ਨਹੀਂ ਬੈਣਾ ਮੈਂ ਜਾ ਸਾ ਮੈਂ ਜਾ ਲੈ ਲੈ ਜਾ ਤੂੰ ਹੱਥ ਲਈ ਐਸਾ ਨਾ ਹੁਣ ਜਾ ਨਾ ਹੁਣ ਕਿਲੇ ਜਾ ਸੇ ਕਮਾ ਲੈ ਇਹ ਫਟੇ ਤੇ ਬਾ ਮੈਂ ਬੰਦਾ ਦੇਖੇ ਦੇਖੋ ਨਹੀਂ ਬੈਣਾ ਮੈਂ ਕੱਲਾ ਨਾ ਕਾਲ ਮੈਂ ਪਿਆਰ ਨਾਲ ਤੈਨੂੰ ਹੱਥ ਲਾ ਮੈਂ ਜਾ ਸਾ ਕਿਲੇ ਜਾ ਸੇ ਤੇ ਲੈ ਜਾ ਸਾ ਸਭ ਨੂੰ ਕਹਿ ਰਹੇ ਤੈਨੂੰ तू जो ले गया काम कौन कर सी तू वदी नहीं है चलो बात मैं ते आप जानी ना किले जानी है तू यहां पे इतने भोज में ते आप 15 दिन से जल में कपड़े काट के रखे मेरी गाल सुन इतना तपी जाने ना ठीक है ना गाड़ी गाड़ी रवांदी कपड़े धोने दवी ना मैं ए पहन तेरे कपड़े मैं अपने कपड़े लेनी अपने बाल लेनी ते मैं जानी हां सीधी गल है हर वेले लड़ाई पावण दा फायदा हर वेले दा मेनू नहीं पता ए पहन पकड़ नहीं अपने कपड़े मैं क्यों ले जाई जा मैं इधर ले जा सा खंड बने फड़ा ਰੋਈ ਦੇ ਰਹੀ ਕਰ ਮੇਰੀ ਜਿਹਾ ਹੱਡੀ ਕਾੜੀ ਵਿੱਚ ਜਾਣ ਕਹੀ ਮੈਂ ਛੱਡ ਤੂੰ ਤੂੰ ਵੀ ਇਹਨਾਂ ਦਾ ਭਰਾ ਹੈ ਤੂੰ ਨਾ ਪਕਾ ਮੈਂ ਆਪੇ ਪਕਾ ਲੈ ਮੈਂ ਪਕਾ ਦਿੱਤੀ ਗੱਲ ਬਸ ਬਸ ਕਰ ਮੈਂ ਬਸ ਰਹਿਣਾ ਨਹੀਂ ਤੇ ਰਹਿਣਾ ਹੀ ਨਹੀਂ ਛੱਡ ਦੇ ਓ ਰੁਕ ਜਾ ਤੂੰ ਕਿੱਧਰ ਜਾ ਮੈਂ ਛੱਡ ਦੇ ਬਸ ਕਰ ਛੱਡ ਦੇ ਓ ਮੈਂ ਰੋਟੀ ਪਕਾਈ ਕਰਸਾਂ ਤੂੰ ਰਹਾਂ ਦੇ ਤੂੰ ਰੋਟੀ ਪਕਾਈ ਕਰਸੇ ਲਾਗੇ ਕਿਦਾਂ ਰੋਟੀ ਖਾਣੇ ਤਾਂ ਪੰਜ ਕੁਝ ਨਹੀਂ ਦੇਣਾ ਤੂੰ ਵੀ ਇਹਨਾਂ ਨਾਲ ਦਾ ਹੀ ਨਹੀਂ ਮੈਂ ਮਜ਼ਾਕ ਕਰ ਬਸ ਰਹਾਂ ਦੇ ਓ ਵੈਸੇ ਬਸ ਰਹਾਂ ਦੇ ਤੂੰ
ਬਸ ਰਵਣ ਦੇ ਹਾਂ ਤੇਰਾ ਮੰਦੇ ਨਾ ਜਾਵਾਂ ਤੇ ਮੈਨੂੰ ਮੈਂ ਜੈਸੇ ਮੇਰੇ ਬਾਲ ਹੀ ਜਾਸਨ ਆਰਾਮ ਕਰ ਆਪਣਾ ਘਰ ਸਾਂ ਉਹ ਤੇ ਚੱਲੋ ਜਾਂਦੇ ਮੈਂ ਬਾਲ ਤਾਂ ਮੈਂ ਦਰਵਾ ਬਾਲਾਂ ਮੁਰ ਕੇ ਕੱਲ ਮੈਂ ਆਪਣੇ ਬਾਲ ਤੇ ਭੁੱਖੇ ਮਾਰ ਦੇਣੇ ਨਾ ਤਾਂ ਡੀਰੇ ਨਾ ਉੱਠਣ ਨਾ ਕੰਮ ਕਰਨ ਨਾ ਤੂੰ ਸੁਖਾਵਾ ਕਰੂ ਮੈਂ ਤਾਂ ਆਪਣੇ ਪੁੱਤਰਾ ਖੋਵਾਂ ਨਾ ਇਹ ਹਾਲਾਤ ਹੈ ਬਈ ਕੋਈ ਗੱਲ ਇਹ ਹਾਲਾਤ ਹੈ ਸਾਰੇ ਤੁਸੀਂ ਦਿਰਾਣੀ ਦੇਣਾ 150 ਤੇ ਇਸਤਰੀ ਗੱਲ ਬੜਦੀ ਹੈ ਇੱਕ ਵਾਰ ਸਮਝਾਤ ਰੱਖ ਨਹੀਂ ਮੈਨੇ ਦੱਸ ਦਿਰਾਣੀ ਹੁਣ ਕਿੰਨਾ ਕੁ ਕਰੇ ਇਹਨਾਂ ਨੇ ਕੀ ਕਰੇ ਕੱਪੜੇ ਧੋ ਕੇ ਦਿੰਦੀ ਰੋਟੀ ਪਕਾ ਕੇ ਦਿੰਦੀ ਬੱਕਰ ਦੇਖ ਦਿੰਦੀ ਹੋਰ ਕੀ ਕਰੇ ਇਹਨਾਂ ਨੇ ਚਲੋ ਕੋਈ ਨਹੀਂ ਜਾਂਦੀ ਪੀਪੇ ਕਰ ਜਾਵਾਂ ਰੋਟੀ ਖਾਂਦੇ ਨੇ ਕਦੇ ਪਾਣੀ ਦੀ ਘੁੱਟ ਨਹੀਂ ਫੜੇ ਕਹਿੰਦਾ ਭਜਾਈ ਰੋਟੀ ਖਾਂਦੇ ਵੀ ਪਾਣੀ ਪੀ ਲੈ ਅੱਛਾ ਠੀਕ ਹੈ ਲੜੀ ਨਾ ਕਰ 50 ਰੁਪਏ ਕਰ ਦੇ ਨੂੰ ਮੇਰੇ ਕੋਲ ਨਹੀਂ ਰਹਿ ਜਾਂਦਾ ਬਸ ਤੁਸੀਂ ਆਪਣਾ ਘਰ ਸੰਭੋ ਖਾ ਲੈ ਓ ਖਾ ਲੈ ਖਾ ਲੈ ਚਾਵਲਾ ਨਾਲ ਕੁਛ ਹੀ ਨਹੀਂ ਹੁੰਦਾ ਹਲਵਾ ਪਕਾ ਦੇ ਵੇ ਇਹ ਤੇ ਕਾਸ਼ੁਗਤ ਸੀ ਬਰਜਾਈ ਆਦੀ ਦੇ ਮੂੰਹ ਦੇ ਵਿੱਚ ਇਹ ਐਲਾ ਅੱਛਾ ਇੰਜ ਸੰਗ ਪੀ ਨਹੀਂ ਆਉਂਦਾ ਸਾਲਾ ਥੋੜੇ ਭੁੱਖੇ ਵਾਲੇ ਇੱਕ ਲੋਕ ਉੱਪਰ ਸੌਕੇ ਹਾਂ ਪਰਵੇਜ਼ ਨੂੰ ਤਾਂ ਫਿਕਰ ਹੀ ਕੋ ਨਹੀਂ ਆਦੀ ਸਮਾਣੇ ਦੀ ਟੋਪ ਲੈ ਤੇ ਆਵਣ ਦੇ ਰੇੜੇ ਉਹ ਟੰਡਰ ਰੱਖ ਕੇ ਬਖਾਰ ਜਾ ਕੇ ਆ ਬਜਾਈ ਹਰ ਵੇਲੇ ਤੁਹਾਨੂੰ ਸਾਵਰਾਂ ਦੀ ਕਾਲੀ ਲੱਗੀ ਰਹਿੰਦੀ ਹੈ ਮੇਰੇ ਸਾਵਰੇ ਹਨ ਪੈ ਮੈਂ ਚੁੱਕ ਜਾਣਾ ਆਪਣੇ ਸਾਵਰਾਂ ਤੇ ਹੈ ਤੁਹਾਨੂੰ ਹਰ ਵੇਲੇ ਸਾਵਰਾਂ ਦੀ ਗੱਲ ਲੱਗੀ ਰਹਿੰਦੀ ਹੈ ਇਹਨੂੰ ਆਪਣੇ ਪੇਕਾਂ ਦੀ ਗੱਲ ਲੱਗੀ ਰਹਿੰਦੀ ਹੈ ਇਹ ਤਾਂ ਹਰ ਵੇਲੇ ਸਵੇਰ ਨਾਲ ਸਮਾਣੀ ਨੂੰ ਲੈ ਤੇ ਮੋਟਰਸਾਈਕਲ ਤੇ ਝੂਟੇ ਖਵਾਉਣ ਤੁਰ ਪਉਂਦਾ ਹੈ ਸੈਲਸ ਪੱਟੇ ਨਾ ਕਰਾਵਾਂ ਸੈਲਸ ਪੱਟੇ ਨਾ ਕਰਾਵਾਂ ਹਾਲੀ ਬਾਲ ਬੱਚੇ ਕਹਿੰਦੇ ਜਲੇ ਬਾਲ ਬੱਚੇ ਹੋ ਗਏ ਵਲ ਘਰੇ ਮੈਂ ਰੋਜ ਜਾਂਦਾ ਉਹਨੂੰ ਚੱਕਰ ਆਉਂਦੇ ਵਦਨ ਮੈਂ ਝੂਟੇ ਖਵਾ ਖਵਾ ਥੋੜੇ ਝੂਟੇ ਖਵਾ ਲਾਂ ਮੈਂ ਚੱਕਰ ਆਉਂਦੇ ਵਦਨ ਪਰ ਅੱਟ ਮੈਨੂੰ ਆਦੀ ਸਵਾਣ ਦਾ ਹਾਲ ਪੁੱਛਾਂਦੇ ਹੁਣ ਉਹ ਵਖਰਾ ਮੂੰਹ ਲਟਕਾ ਦੇ ਬੈਠੀ ਸਵੇਰ ਸਵੇਰ ਨਾਲ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਨੇ ਗੁੱਡ ਮਾਰਨਿੰਗ ਕੀ ਗੱਲ ਹੈ ਤੇਰਾ ਮੂੰਹ ਕਿਉਂ ਲਟਕਾ ਸਵੇਰ ਸਵੇਰ ਨਾਲ ਨਹੀਂ ਸਵੇਰ ਨਾਲ ਉਹ ਆਪਣੇ ਸਾਵਰੇ ਤੇ ਨਿਕਲ ਜਾਂਦੇ ਉਹ ਆਪਣੇ ਸਾਵਰੇ ਤੇ ਘਰ ਦਾ ਸਾਰਾ ਮੈਂ ਹੀ ਕਰਨਾ ਮੈਨੂੰ ਫਾਇਦਾ ਕਿਉਂ ਹੈ ਇਹਨਾਂ ਦੇ ਵਿਆਹ ਕਰਨ ਦਾ ਚਾਵਲ ਸਾਰੇ ਮੂੰਹ ਚ ਗਿਰਦੇ ਪੈਣ ਬੰਦਾ ਮੂੰਹ ਹੀ ਥੋੜਾ ਪੜ ਲੈਂਦੇ ਜਲਦੀ ਕਰੋ ਬਾਲ ਇੰਤਜ਼ਾਰ ਬੈਠੇ ਲੰਗਰ ਦੇ ਵਿਆਹ ਕਰਨ ਦਾ ਇਹ ਫਾਇਦਾ ਹੋਇਆ ਕਿ ਸਾਰੀ ਰੋਟ ਸਾਰ ਨੂੰ ਖਾਣਾ ਪੀਣਾ ਤੂੰ ਬਣਾ ਤੇ ਦੇਣਾ ਹੁੰਦਾ ਸਮਝ ਆ ਗਈ ਏ ਬਸ ਠੀਕ ਏ ਹਾਂ ਮੈਂ ਬਣਾ ਕੇ ਦੇਣਾ ਹੁੰਦਾ ਮੈਂ ਠੇਕਾ ਚ ਆਇਆ ਨਾ ਮੈਂ ਬਣਾ ਕੇ ਠੇਕਾ ਚ ਆਏ ਸੁਣ ਲਈ ਨੇ ਹੁਣ ਵੇ ਜੋ ਸੰਗ ਪਰਨਾ ਜੋ ਪਕਾਰ ਖਵਾਉਣੀ ਪਰ ਨਾ ਕੇ ਪਰ ਲਿਆਂਦਾ ਤਾਂ ਆਪਣੇ ਪਕਾਵਣ ਆ ਸਕੇ ਮੈਨੂੰ ਵੀ ਖਵਾਈ ਸਕ ਨਹੀਂ ਕਿ ਤੁਹਾਨੂੰ ਮੈਂ ਖਵਾਵਾਂ ਸੁਣ ਕੇ ਵਾਲ ਲਾਉਂਦੇ ਵਾਲ ਸਿੱਖ ਕੇ ਆਵੋ ਆਪੇ ਕਹਿੰਦੇ ਖਰੇਕੇ ਕਰਦੀਆਂ ਰਹੀਆਂ ਨੇ ਸੁਣ ਵੇ ਕੇ ਵਾਲੀਆਂ ਸਿਖਾਇਆ ਵਾਲ ਕਿਆ ਨਹੀਂ ਸਿਖਾਇਆ ਬਾਤ ਹੁਣ ਸਿੱਖ ਲਵੋ ਸਿੱਧੀ ਗੱਲ ਹੈ ਬਹੁ ਇੱਥੇ ਬਰਜਾ ਜੀ ਦੀ ਗੱਲ ਰੋਟੀ ਪਕਾ ਦੇ ਦਿਖਾ ਅੱਜ ਅੱਜ ਲੱਗ ਜੇ ਤੇਰਾ ਪਤਾ ਇੱਕ ਰੋਟੀ ਤਾਂ ਪਕਾ ਦੇ ਰੇ ਚ ਅੱਜ ਅਬੀ ਇਹ ਜਣਾ ਕੁੱਕੜੀਆਂ ਦਾ ਖੰਡਰਾ ਲੈ ਕੇ ਰੱਖ ਦਿੱਤਾ ਮੈਂ ਹਲੇ ਆਟਾ ਲਾ ਕੇ ਅੰਦਰ ਗਈ ਤਾਂ ਕੁੱਕੜੀਆਂ ਨੇ ਸਾਰਾ ਆਟਾ ਵੀਟ ਸੱਟਾ ਹੈ ਓਏ ਹੋਏ ਆਟਾ ਸਾਰਾ ਖਰਾਬ ਚਾ ਕੀਤਾ ਸੀ ਆਪ ਨਿਕਲ ਆਇਂਦਾ ਸਵੇਰ ਨਾਲ ਇਹ ਕਹਿੰਦੇ ਕੁੱਕੜੀਆਂ ਆਟਾ ਖਰਾਬ ਕੀਤਾ ਹੈ ਓਕੇ ਵੱਡੀ ਭਰਜਾਈ ਦੀ ਭਈਆ ਕਹਿਣੀ ਇੱਥੇ ਮੇਰੀ ਵੱਡੀ ਭਰਜਾਈ ਕਿਹੜੀ ਏ ਅਮੀਆ ਆਪਣੀ ਕੁੱਕੜੀਆਂ ਛੁੱਕੜੀਆਂ ਵੇਚ ਦਵਾ ਮੇਰਾ ਦਿਮਾਗ ਨਾ ਹੈਲੋ ਸਵੇਰ ਸਵੇਰ ਨਾਲ ਤੂੰ ਉੱਪਰ ਦਾ ਜਿਹੜਾ ਰੱਤਾ ਮੁਰਗਾ ਉਹਨੂੰ ਪੱਕੇ ਠੀਕ ਏ ਕੋਵੇ ਭੋਨੀ ਲਾਵੇ ਜੋ ਮਰਜ਼ੀ ਕਰੋ ਭੋਨੀ ਲਾਓ ਭਾਵੇਂ ਜੋ ਮਰਜ਼ੀ ਮੇਰੀ ਸਵਾਣੀ ਵਾਕਈ ਸੀਰੀਅਸ ਹੈ ਬੇਟੀ ਸਨਾ ਜੀ ਤੁਸੀਂ ਸੀਰੀਅਸ ਕਿਉਂ ਹੋਇਆ ਬੈਠੇ ਨੇ ਅੱਗੇ ਤਾਂ ਕਦੇ ਸੀਰੀਅਸ ਨਹੀਂ ਇਸ ਨੇ ਤੇਰੇ ਗੁੱਸਾ ਕਿਹੜੀ ਗੱਲ ਦਾ ਦੱਸ ਕਿਹੜੀ ਗੱਲ ਦਾ ਗੁੱਸਾ ਹਰ ਵੇਲੇ ਲੜਿਆ ਨਾ ਕਰੋ ਠੀਕ ਹੈ ਨਾ ਹੱਥ ਪੜੇ ਕਰ ਵੇ ਹੱਥ ਪੜੇ ਕਰ ਮੈਂ ਖਰਾਬ ਕੀਤਾ ਤੁਸਾਂ ਸਵੇਰ ਸਵੇਰ ਐਡੀ ਗੋਲ ਗੱਪੇ ਤੇ ਸੋਹਣੀ ਜੀ ਮੇਰੀ ਰਨ ਲੱਗਦੀ ਬੈਠੀ ਮੈਨੂੰ ਮਸਕਾ ਨਹੀਂ ਚਾਹੀਦਾ ਕੋਈ ਨਹੀਂ ਆਏ ਹਾਏ ਤੂੰ ਲੜਦੀ ਨਾ ਕਾਹ ਲੜਦੀ ਐ ਦੱਸ ਵੇ ਸੱਠੂਆ ਕਦਾਈ ਰੋਟੀਆਂ ਨਾ ਪਕਾਵਾਂ ਓਹੋ ਸਵੇਰ ਸਵੇਰ ਨਾਲ ਲੜਦੇ ਤੇ ਚੰਗੀ ਲੱਗਦੀ ਐ ਭਲਾ ਹੈ ਇਹ ਜੀ ਕੌਣ ਲੜਦਾ ਐ ਸਵੇਰ ਨਾਲ ਉੱਠੋ ਆਣ ਕੇ ਇਹਨਾਂ ਦੇ ਕਮਰਿਆਂ ਦੀਆਂ ਸਫਾਈਆਂ ਕਰੋ ਵੇੜਿਆਂ 'ਚ ਸਫਾਈਆਂ ਕਰੋ ਰੋਟੀ ਪਕਾ ਕੇ ਇਹਨਾਂ ਦੋ ਭਾਂਡੇ ਧੋ ਬਸ ਮੈਂ ਤੇ ਰਹਿ ਗਈ ਇਸ ਜੋਗੀ ਅਸਲ ਤੌਰ 'ਤੇ ਸਨਾ ਸ਼ਾਹ ਜੀ ਤਬੀਅਤ ਖਰਾਬ ਐ ਠੀਕ ਐ ਨਾ ਸ਼ਾਹ ਜੀ ਕਲੋਕੀ ਪਰਸੋਕੀ ਬਿਮਾਰ ਐ ਜਿਹਨਾਂ ਦੀ ਚੋਰੀ ਹੋਈ ਐ ਸ਼ਾਹ ਜੀ ਤਬੀਅਤ ਖਰਾਬ ਐ ਮਰੇ ਦੀ ਤਬੀਅਤ ਨਹੀਂ ਖਰਾਬ ਉਹਦੇ ਕੋ ਘਰ ਸਕਦਾ ਐ ਸਾਰੇ ਵਹੀਂ ਕਰਨੇ ਨੇ ਮੇਰੀ ਤਬੀਅਤ ਵੀ ਉਹਦੇ ਨਾਲ ਖਰਾਬ ਐ ਤੇਰੀ ਉਹਦੇ ਨਾਲ ਹੀ ਖਰਾਬ ਐ ਮੈਂ ਟੈਨਸ਼ਨ ਲਈ ਹੋਇਆ ਦਾਂ ਜੀ ਸੁਣ ਲਈਏ ਹੁਣ ਸੁਣ ਲਈ ਤੇਰਾ ਮਰਦ ਨੂੰ ਕਿੰਨਾ ਪਿਆਰ ਕਰਦਾ ਐ ਤੇਰੀ ਟੈਨਸ਼ਨ ਚ ਤੇਰੇ ਮਰਦ ਦੀ ਤਬੀਅਤ ਖਰਾਬ ਏ ਨਾਟਕ ਕਰਦਾ ਨਾਟਕ ਕਰਦਾ ਜਿਵੇਂ ਤੂੰ ਕਰਦੀ ਪਈ ਐ ਮੈਂ ਨਾਟਕ ਕਰਦੀ ਪਈ ਆ ਨਾਟਕ ਨਾ ਹੋਵੇ ਨਾ ਮੈਂ ਹੁਣ ਤਾਂ ਸਾਰਾ ਕੰਮ ਹੀ ਮੁਕਾ ਹੀ ਖਾਂ ਹਾਂ ਅੱਗੇ ਘਾੜੇ ਮੁਕਾ ਦਿੰਦੀ ਐ ਵੇ ਨਾ ਅੱਗੇ ਸੁੱਤੀ ਵੀ 12 ਵਜੇ ਉੱਠਦੀ ਤੇਰੀ ਭਰਜਾਈ
ਸਾਰੇ ਜਿਹੜੇ ਮੇਰੇ ਬਾਲ ਪੈ ਨੇ ਵੇਖੋ ਸਾਰੇ ਇਹਨਾਂ ਸਾਰਿਆਂ ਨੂੰ ਲੈ ਤੇ ਮੈਂ ਤੇਰੇ ਪੇਕਾਂ ਤੇ ਮੇਰੇ ਪਿਓ ਨੇ 1.5 ਕਿੱਲੇ ਕਣਕ ਤੇ ਨਹੀਂ ਵਾਏ ਜਿਹੜੇ ਤੇਰੇ ਪੇਕਿਆਂ ਨੂੰ ਖੋਏ ਸਨ ਅੱਛਾ ਉਹ ਸਾਨੂੰ ਘਰ ਦੱਸੇ ਤੂੰ ਇਵੇਂ ਤੈਨੂੰ ਕੱਲੇ ਨਕਸਨ ਬੇ ਸਨਾ ਚੰਗੀ ਹੈ ਵਧੀਰੇ ਬਾਕੀ ਸਾਰੇ ਆ ਗਏ ਤੂੰ ਇਵੇਂ ਮੈਂ ਤੁਹਾਡੇ ਚੁੱਖੇ ਪੇਕਿਆਂ ਤੇ ਜਾਣੀ ਆ ਤੇਰੇ ਪੇਕਿਆਂ ਦਾ ਚੁੱਖਾ ਜਾਣੀ ਆ ਅਸਾਂ ਪੇਕਿਆਂ ਦਾ ਚੁੱਖਾ ਜਾਣੀ ਆ ਅਸਾਂ ਕਿਹੜੇ ਨੇ ਤੇ ਜਾਵਣਾ ਨਹੀਂ ਤੂੰ ਜਾਸ ਤੇ ਤੇਰੇ ਨਾਲ ਲੱਗ ਜਾਸ ਮੇਰੇ ਨਾਲ ਕੋਈ ਵੀ ਨਾ ਜਾਵੇ ਸਿੱਧੀ ਗੱਲ ਅੱਛਾ ਹਾਂ ਗਾਇਸ ਅੱਜ ਸਨਾ ਜਿਹੜੀ ਹੈ ਨਾ ਅੱਜ ਮੇਰੀ ਸਵਾਣੀ ਦਾ ਮੂਡ ਬੜਾ ਖਰਾਬ ਹੈ चल रोटी दे सारन बालन नाश्ता नु करा उठ चलो मिया तू सजाओ तू किरी जाना पिया तू आदे पेका ते जाना पिया तू आदे पेका ते जाना पिया तू आदे पेका ते जा तू आदे सावरा ते जा ठीक है जाओ तू सा ऐश करो शाबाश शादी तो इसे एक कराई है तो बात सारा काम इसे ही कर रहे हैं गलती की थी वाल मैं तो तेरी शादी करा के उस वाले तेरे को कहने पता है बेचारे पानी पीने के लिए नौ लाल मम है तू उस वाले आके चेहरे या सॉरी है चलो रोटी मैं आप पका ले सा चलो ठीक है मैं जाना बात आप दे सा हो रहे तू बात भर जाए नु काम शाम करा ला मैं जा सा ठीक है ना मैं जा सा नहीं तू कल ले जावे ਤੇ ਤੋ ਇਤੇ ਵਰਜਾਈ ਦੇ ਲੜਦੇ ਬੈਠੇ ਤੇ ਕੰਮ ਕਰਾ ਲੈ ਮੈਂ ਜਾ ਸਵਾ ਤਾ ਕੰਮ ਕਰਵਾ ਸਕ ਤੋ ਮੈਂ ਜਾ ਸਾਂ ਕਿਰੇ ਜਾ ਸੇ ਲੈ ਜਾ ਸਾਂ ਲੈ ਤੋ ਬਾਬਾ ਹੋਰ ਤੇ ਤੂੰ ਕੰਮ ਦੇ ਵਾਲੀ ਹੈ ਹੋਰ ਤੇ ਕੰਮ ਦੇ ਵਾਲੀ ਹੈ ਚਲ ਸੁਣੋ ਸਵੇਰ ਨੂੰ ਉੱਠ ਤੇ ਬੌਖਰ ਸੋਖਰ ਦੇ ਲੈ ਕੇ ਮੈਂ ਜੰਦ ਵਧੀਆ ਜੰਦੀ ਵਧੀਆ ਠੀਕ ਹੈ ਮੈਂ ਮਰਨ ਲੱਗ ਗਿਆ ਮਨ ਲਾਲ ਰੁਦਾ ਮੈਂ ਤਾਂ ਨਹੀਂ ਜਾਣੀ ਚਲ 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 ਮੈਂ ਕਹਿ ਕੇ ਮੈਂ ਜਾਣਾ ਬੰਦ ਮੇਰੇ ਮਰਦ ਜਾ ਇਹਦਾ ਕਮਾਣਾ ਬੰਦ ਹੈ ਹਾਂ ਹੁਣ ਕੀ ਆ ਦਿਆ ਉਹਨੂੰ ਉਹਨਾਂ ਬੈਠੀ ਰਹਾ ਸੀ ਉਹਦੇ ਆਸਤੇ ਬੁਰਕੀ ਰੋਟੀ ਆਸੋ ਖਾਈ ਜਾਵੇ ਹੁਣ ਸਾਹਮਣੇ ਤੇ ਫਿਰ ਪਹਿਲੋ ਪੁੱਜ ਜਾ ਸੀ ਉਹ ਅੱਛਾ ਤੈਨੂੰ ਉੱਡੂ ਹੀ ਫਿਕਰ ਹੈ ਤੇ ਉੱਡੂ ਹੀ ਫਿਕਰ ਹੈ ਕਿਆ ਬਸ ਤੂੰ ਰੁਕਦੀ ਨਹੀਂ ਹੈ ਛੇਰ ਪਿੱਛੇ ਭੁੱਖੀ ਬੈਠੀ ਰਹਾ ਸੀ ਹੁਣ ਦੋ ਬੁਰਕੀਆਂ ਮਾਰੀ ਜਾ ਬੈਠੀ ਰਹਾ ਸੀ ਤਾਂ ਵੀ 12 ਵਜੇ ਤੀਕਰ ਮੈਂ ਵਗਿਆ ਤੇ ਆ ਮੈਂ ਉਹ ਉੱਥੋਂ ਆਵਾਂ ਗਿਆ ਸੀ ਤੇਰੀ ਸੱਸ ਮੈਨੂੰ ਵੀ ਪਤਾ ਜਿਹੜਾ ਉਹਨੇ ਆਵਾਂ ਦੇ ਰਿਹਾ 15 ਮਿੰਟ ਰੁਕ ਜਾ ਬਸ 5 ਮਿੰਟ ਨਾ ਬਰੇ ਉਹ ਨਹੀਂ ਮੈਂ ਗਿਆ ਤੇ ਆ ਉਹ ਆ ਜਾ ਚਾਚਾ ਵੇ ਚਲੋ ਠੀਕ ਇਸ ਤਰੀਕੇ ਨਾਲ ਲੜੀ ਨਾ ਨਹੀਂ ਹੁੰਦਾ ਠੀਕ ਹੈ ਸਮਝ ਆ ਗਈ ਇਹ ਮੇਰੀ ਗੋਲੀ ਮੋਲੀ ਸਵਾਣੀ ਤਾਂ ਵੇਖੇ ਤੂੰ ਇਤਨੀ ਸੋਹਣੀ ਹੀਰੇ ਵਰਗੀ ਇਹ ਦੇਖ ਨਾ ਹੁਣ ਬਸਰ ਕੱਟ ਦੇ ਸੰਨਾ ਤੂੰ ਬਸਰ ਕੱਟ ਦੇ ਮੈਨੂੰ ਨਜ਼ਰ ਕਿਆ ਨਹੀਂ ਆਉਂਦੀ ਮੈਨੂੰ ਨਜ਼ਰ ਆ ਰਹੀ ਹੈ ਸੰਨਾ ਜੀ ਤੁਸੀਂ ਲੜੇ ਨਾ ਕਰੋ ਤੇ ਤੂੰ ਕਿਹੜੀ ਸੋਹਣੀ ਹੈ ਮੈਂ ਕੱਟਣਾ ਵੀ ਆਪ ਘਰ ਚ ਜੀ ਹੈ ਜਿਨੇ ਨੇ ਕੱਟਣਾ ਮੈਂ ਕੱਟ ਦੇਣਾ ਬਸਰਾ ਦੀ ਕਿਹੜੀ ਗੱਲ ਮੇਰੀ ਗੱਲ ਸੁਣਨਾ ਤੂੰ ਇੱਕ ਵਾਰ ਤਾਂ ਮੇਰੀ ਸੋਹਣੀ ਸਵਾਣੀ ਹੈ ਠੀਕ ਹੈ ਤੂੰ ਦੱਸ ਗੱਲ ਲੈ ਤੇਰੀ ਹੀ ਕੋਈ ਹੱਕਾਂ ਤੇ ਉਹ ਤੂੰ ਇਹਨੇ ਪੁੱਠੇ ਪੁੱਠੇ ਰਾਇ ਲਾ ਕਿਹਨੂੰ ਸੁਣਦੀ ਐ ਦੱਸ ਬਸ ਜਿੱਧਰੋਂ ਸੁਣਦੀ ਐ ਤੈਨੂੰ ਮੈਂ ਕਹਿੰਦਾ ਡਰਾਮੇ ਵੇਖਣੇ ਛੱਡ ਦੇ ਜੇ ਡਰਾਮੇ ਵੇਦੀ ਤੂੰ ਹੀ ਕਿ ਨਾ ਇਹਨੇ ਡਰਾਮੇ 'ਚ ਕੋਈ ਫਾਇਦਾ ਕੋਈ ਨਹੀਂ ਇਹ ਡਰਾਮੇ ਤਾਂ ਗਾਰੇ ਲੜਾਈ ਪਵੇ ਨੇ ਜਿਹੜਾ ਆਪਾਂ ਟੀਵੀ ਡਰਾਮੇ ਵੇਖਦੇ ਆ ਤੂੰ ਫਾਇਦਾ ਤੇਰਾ ਵੇਖਣ ਦਾ ਫਾਇਦਾ ਹੈ ਮੈਨੂੰ ਹਾਂ ਮੈਨੂੰ ਵੇਖ ਕਰ ਤੂੰ ਮੈਨੂੰ ਵੇਖੀ ਜਾਵਾਂ ਮੈਂ ਤੈਨੂੰ ਵੇਖੀ ਜਾਵਾਂ ਤੂੰ ਚੱਲ ਜਾਣ ਕਰ ਤੂੰ ਪਿਆਜ਼ ਕੱਟ ਠੀਕ ਹੈ ਪਿਆਜ਼ ਨੂੰ ਕੀ ਕਰਸੇ ਤੈਨੂੰ ਪੱਟ ਕੇ ਨਾ ਤਾਂ ਰੋਟੀ ਨਾ ਖਾਸੇ ਕਾਂ ਦਾ ਖਿਆਲ ਰੱਖੇ ਯੂਸਫ ਗੁੱਸਾ ਖਤਮ ਹੋ ਗਿਆ ਖਤਮ ਹੀ ਖਤਮ ਖਤਮ ਹੀ ਖਤਮ ਹੈ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਪੱਕੀ ਗੱਲ ਚੁੱਪ ਕਰ ਅੱਛਾ ਗਾਇਸ ਬਾਏ ਮਿਲਦੇ ਆ ਨੈਕਸਟ ਵੀਡੀਓ ਚ ਮੈਂ ਹੁਣ ਆਪਣੀ ਸਵਾਣੀ ਨੂੰ ਮਨਾ ਲਵਾਂ ਰੁੱਸੀ ਬੈਠੀਏ ਮਿਲਦੇ ਆ ਨੈਕਸਟ ਵੀਡੀਓ ਚ ਅੱਲਾ ਹਾਫਿਜ਼ ਖੁਸ਼ ਰਹੋ